ਰਾਜਮਹਿਲ ਟੀ ਵੀ ਦੇ ਪ੍ਰੋਗਰਾਮ ਨਜ਼ਰੀਆ ਵਿੱਚ ਤੁਹਾਡਾ ਹਾਰਦਿਕ ਸਵਾਗਤ ਹੈ। ਮੈਂ ਹਾਂ ਬਲਜੀਤ ਸਿੰਘ। ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਪਿਆਰੇ ਦਰਸ਼ਕੋ, ਆਪ ਨੂੰ ਪਤਾ ਕਿ ਪਿਛਲੇ ਦਿਨੀ ਅਕਾਲੀ ਦਲ ਬਾਦਲ ਦੇ ਵਿੱਚ ਬਹੁਤ ਵੱਡੀ ਪੱਧਰ 'ਤੇ ਬਗਾਵਤਾਂ ਕੀਤੀਆਂ ਗਈਆਂ ਔਰ ਕੋਹਰਾਮ ਮੱਚਿਆ ਹੋਇਆ। ਹੁਣ ਗੱਲ ਇਹ ਹੈ ਕਿ ਜਿਹੜੇ ਇਹ ਬਾਗੀ ਆਗੂ ਨੇ ਉਹ ਆਪਣੇ ਆਪ ਨੂੰ ਬਾਗੀ ਨਹੀਂ ਕਹਿ ਰਹੇ, ਉਹ ਕਹਿ ਰਹੇ ਨੇ ਕਿ ਅਸੀਂ ਅਕਾਲੀ ਦਲ ਦੇ ਹੀ ਆਗੂ ਹਾਂ, ਪਰ ਸਾਡੀਆਂ ਕੁਝ ਮੰਗਾਂ ਨੇ ਜਿਹੜੀਆਂ ਪੂਰੀਆਂ ਹੋਣੀਆਂ ਚਾਹੀਦੀਆਂ ਨੇ, ਔਰ ਝੂੰਦਾ ਕਮੇਟੀ ਦੀ ਜਿਹੜੀ ਰਿਪੋਰਟ ਹੈ ਉਹ ਜਨਤਕ ਹੋਣੀ ਚਾਹੀਦੀ ਹੈ। ਕੱਲ੍ਹ ਤੱਕ ਤਾਂ ਉਹ ਰਿਪੋਰਟ ਜਨਤਕ ਨਹੀਂ ਸੀ ਹੋਈ, ਪਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਉਸਦੇ ਕੁਝ ਅੰਸ਼ ਨੇ ਜਿਹੜੇ ਉਹ ਜਨਤਕ ਕੀਤੇ ਨੇ, ਜਿਹਦੇ ਨਾਲ ਸੁਖਬੀਰ ਬਾਦਲ ਦੀ ਜਿਹੜੀ ਸਿਆਸੀ ਹਾਲਤ ਹੈ ਸਗੋਂ ਹੋਰ ਪਤਲੀ ਹੋ ਗਈ ਹੈ। ਉਸ ਰਿਪੋਰਟ ਵਿੱਚ ਕਿਹਾ ਗਿਆ ਕਿ ਪਹਿਲੀ ਗੱਲ, ਜਿਹੜਾ ਪ੍ਰਧਾਨ ਹੁੰਦਾ ਉਹ ਸਦੀਵੀ ਪ੍ਰਧਾਨ ਨਹੀਂ ਰਹਿੰਦਾ, ਔਰ ਇਹ ਜਿਹੜਾ ਏਕਾ ਅਧਿਕਾਰ ਹੈਗਾ ਇੱਕ ਪਰਿਵਾਰ ਦਾ ਖਤਮ ਹੋਣਾ ਚਾਹੀਦਾ। ਜਿਹੜਾ ਪ੍ਰਧਾਨ ਦਾ ਕਾਰਜਕਾਲ ਹੈ ਇਹ 2 ਸਾਲ ਹੋਣਾ ਚਾਹੀਦਾ, ਔਰ 2 ਵਾਰੀ ਤੋਂ ਵੱਧ ਉਸ ਨੂੰ ਪ੍ਰਧਾਨ ਨਹੀਂ ਬਣਨਾ ਚਾਹੀਦਾ। ਫਿਰ ਉਹ ਟਿਕਟਾਂ ਦੀ ਵੰਡ ਦੇ ਸੰਬੰਧ ਵਿੱਚ ਇਸ ਕਮੇਟੀ ਦੀ ਰਿਪੋਰਟ ਵਿੱਚ ਕਿਹਾ ਗਿਆ ਕਿ ਪਾਰਲੀਮਾਨੀ ਇੱਕ ਬੋਰਡ ਹੋਣਾ ਚਾਹੀਦਾ ਜਿਹੜਾ ਕਿ ਉਮੀਦਵਾਰਾਂ ਦੀ ਯੋਗਤਾ ਔਰ ਉਹਨਾਂ ਦੇ ਸਿਆਸੀ ਤਜਰਬੇ ਨੂੰ ਵੇਖ ਕੇ ਟਿਕਟਾਂ ਦੀ ਵੰਡ ਕਰੇ। ਔਰ ਇਹ ਵੀ ਕਿਹਾ ਗਿਆ ਕਿ ਜਿਹੜੀ ਇਹ ਸੋਈ ਹੈ ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ, ਇਹਨੂੰ ਭੰਗ ਕਰਕੇ ਸਿੱਖ ਸਟੂਡੈਂਟ ਫੈਡਰੇਸ਼ਨ ਜਿਹੜੀ ਪਹਿਲਾਂ ਸੀਗੀ ਉਸ ਨੂੰ ਬਹਾਲ ਕੀਤਾ ਜਾਣਾ ਚਾਹੀਦਾ। ਹੋਰ ਵੀ ਬਹੁਤ ਸਾਰੀਆਂ ਉਹਦੇ 'ਚ ਗੱਲਾਂ ਕਹੀਆਂ ਗਈਆਂ ਨੇ, ਔਰ ਮੁੱਖ ਜਿਹੜਾ ਨਿਸ਼ਾਨਾ ਹੈਗਾ ਉਹ ਸੁਖਬੀਰ ਬਾਦਲ 'ਤੇ ਲਾਇਆ ਗਿਆ ਕਿ ਪਰਿਵਾਰ ਦੇ ਅਧਿਕਾਰ ਨੂੰ ਲਾਂਭੇ ਕਰਕੇ ਸਾਰੀ ਜਿਹੜੀ ਅਗਵਾਈ ਹੈ ਉਸ ਨੂੰ ਮੁਸ਼ਤਰਕਾ ਤੌਰ 'ਤੇ ਅਕਾਲੀ ਦਲ ਦੀ ਕਮਾਨ ਸੰਭਾਲਣੀ ਚਾਹੀਦੀ ਹੈ। ਹੁਣ ਹੋਇਆ ਕਿ ਬੀਤੀ ਕੱਲ੍ਹ ਇਹ ਜਿਹੜੇ ਬਾਗੀ ਧੜੇ ਦੇ ਆਗੂ ਨੇ ਸ਼੍ਰੀ ਅਕਾਲ ਤਖਤ 'ਤੇ ਪਹੁੰਚੇ, ਔਰ ਇਹਨਾਂ ਨੇ ਜਾ ਕੇ ਉੱਥੇ ਜਥੇਦਾਰ ਸਰਦਾਰ ਰਘਬੀਰ ਸਿੰਘ ਹੋਰਾਂ ਨੂੰ ਆਪਣਾ ਮਾਫ਼ੀਨਾਮਾ ਸੌਂਪਿਆ। ਉਸ ਤੋਂ ਬਾਅਦ ਉਹ ਕੀ ਐਕਸ਼ਨ ਲੈਣਗੇ ਉਹ ਤਾਂ ਵੱਖਰੀ ਗੱਲ ਹੈ, ਪਰ ਬਹੁਤ ਸਾਰੇ ਆਗੂ ਜਿਹੜੇ ਸੀ ਅਕਾਲ ਤਖਤ ਦੇ ਸਨਮੁੱਖ ਪੇਸ਼ ਹੋਏ। ਇਹ ਉਹੀ ਕੋੜ ਕਿਰਲੇ ਨੇ, ਇਹ ਉਹੀ ਬੇਗੈਰਤੀ ਲੋਕ ਨੇ, ਇਹ ਉਹੀ ਲਾਹਣਤੀਏ ਨੇ ਜਿਹੜੇ ਇੰਨੇ ਸਾਲ ਬਾਦਲਾਂ ਦੀ ਗੁਲਾਮੀ ਕਰਦੇ ਰਹੇ, ਔਰ ਜਦੋਂ ਇਹਨਾਂ ਨੇ ਪਾਪ ਵੇਖੇ ਤਾਂ ਇਹ ਚੁੱਪ ਰਹੇ। ਕਿੰਨੇ ਅਪਰਾਧ ਪ੍ਰਕਾਸ਼ ਸਿੰਘ ਬਾਦਲ ਨੇ ਕੀਤੇ, ਕਿੰਨੀਆਂ ਕੋਤਾਹੀਆਂ, ਕਿੰਨੇ ਜੁਰਮ ਸੁਖਬੀਰ ਬਾਦਲ ਨੇ ਕੀਤੇ, ਪਰ ਇਹ ਸਾਰੇ ਖਾਮੋਸ਼ ਬੈਠੇ ਰਹੇ, ਕਿਸੇ ਦੀ ਜ਼ੁਬਾਨ ਨਹੀਂ ਖੁੱਲ੍ਹੀ। ਗੱਲ ਇਹ ਹੈ ਕਿ ਇਹ ਉਹੀ ਲੋਕ ਨੇ ਜਦੋਂ ਸੁਮੇਧ ਸੈਣੀ ਨੂੰ ਪੰਜਾਬ ਪੁਲਿਸ ਦਾ DGP ਲਾਇਆ ਤਾਂ ਉਦੋਂ ਨਾ ਬੀਬੀ ਜਗੀਰ ਕੌਰ ਬੋਲੀ, ਨਾ ਸੁਖਦੇਵ ਸਿੰਘ ਢੀਂਡਸਾ ਬੋਲਿਆ, ਨਾ ਰੱਖੜਾ ਬੋਲਿਆ, ਨਾ ਚੰਦੂਮਾਜਰਾ ਬੋਲਿਆ। ਔਰ ਇਹ ਚੰਦੂਮਾਜਰਾ ਉਹੀ ਸ਼ਖਸ ਹੈ ਜਿਹੜਾ ਕਿ ਸਾਧ ਨੇ ਜਦੋਂ 10ਵੇਂ ਪਾਤਸ਼ਾਹ ਦਾ ਸਵਾਂਗ ਰਚਿਆ ਸੀ ਉਦੋਂ ਇਹ ਪੁਸ਼ਾਕ ਲੈ ਕੇ ਉੱਤੇ ਗਿਆ ਸੀ ਜਿਹੜੀ ਸੁਖਬੀਰ ਸਿੰਘ ਬਾਦਲ ਨੂੰ ਦਿੱਤੀ ਗਈ, ਔਰ ਇਹਨੇ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਦੇ ਕੇ ਜਦੋਂ ਮਾਫ਼ੀਨਾਮਾ ਦਵਾਇਆ ਗਿਆ ਜਬਰਨ ਮਸੰਦਾਂ ਤੋਂ, ਤਾਂ ਉਸ ਵੇਲੇ ਇਹਨੇ ਇੱਕ ਇਸ਼ਤਿਹਾਰ ਅਖਬਾਰ ਵਿੱਚ ਛਾਇਆ ਕਰਵਾਇਆ ਜਿਹਦੇ 'ਚ ਕਿਹਾ ਕਿ ਜਿਹੜੇ ਸਾਡੇ ਸਤਿਕਾਰਤ ਪਿਤਾ ਜੀ ਆ ਉਹਨਾਂ ਨੂੰ ਮਾਫ਼ੀ ਦਿੱਤੀ ਗਈ ਹੈ। ਯਾਨੀ ਇਹ ਗੁਰਮੀਤ ਰਾਮ ਰਹੀਮ ਜਿਹੜਾ ਮਛਟੰਡਾ ਕਾਤਲ ਬਲਾਤਕਾਰੀ ਹੈ ਉਹਨੂੰ ਆਪਣਾ ਇਹ ਬਾਪ ਮੰਨਦਾ, ਪਿਓ ਤਸਲੀਮ ਕਰਦਾ। ਤੋ ਇਹ ਉਹ ਲੋਕ ਨੇ ਜਿਹੜੇ ਜਦੋਂ ਪਾਪ ਹੁੰਦੇ ਸੀ ਉਦੋਂ ਇਹ ਬੋਲੇ ਨਹੀਂ, ਔਰ ਹੁਣ ਇਹ ਸਾਰਾ ਨਾਟਕ ਕੀਤਾ ਜਾ ਰਿਹਾ ਕਿ ਜੀ ਮਾਫ਼ੀ ਮੰਗੀ ਹੈ। ਮਾਫ਼ੀ ਦਾ ਵੀ ਇੱਕ ਵਿਧੀ ਵਿਧਾਨ ਹੈ ਸ਼੍ਰੀ ਅਕਾਲ ਤਖਤ 'ਤੇ। ਪਹਿਲੀ ਗੱਲ ਇਹ ਹੈ ਕਿ ਤੁਸੀਂ ਮਾਫ਼ੀਨਾਮਾ ਉੱਥੇ ਜਾ ਕੇ ਦਿਓ, ਔਰ ਉਸ ਤੋਂ ਬਾਅਦ ਗਲ ਦੇ ਵਿੱਚ ਪੱਲਾ ਪਾ ਕੇ ਇੱਕ ਇੱਕ ਜਿਹੜੀ ਤੁਸੀਂ ਮਤਲਬ ਕਹਿ ਲਓ ਕੁਤਾਹੀ ਕੀਤੀ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ 'ਤੇ ਤੁਸੀਂ ਬੋਲੇ ਨਹੀਂ, ਔਰ ਸਾਧ ਨੂੰ ਮਾਫ਼ੀਨਾਮੇ 'ਤੇ ਤੁਸੀਂ ਬੋਲੇ ਨਹੀਂ, ਜਿਹੜੇ ਸਿੱਖਾਂ ਦਾ ਕਤਲੇਆਮ ਕਰਨ ਦਾ ਦੋਸ਼ੀ ਬੁੱਚੜ ਹੈ ਉਹਨੂੰ DGP ਲਾਉਣ 'ਤੇ ਤੁਸੀਂ ਬੋਲੇ ਨਹੀਂ, ਬਹਿਬਲ ਕਲਾਂ ਦੇ ਵਿੱਚ 2 ਨੌਜਵਾਨਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਉਹਦੇ ਸੰਬੰਧ ਵਿੱਚ ਤੁਸੀਂ ਬੋਲੇ ਨਹੀਂ, ਪੰਜਾਬ ਦੇ ਵਿੱਚ ਹੋਰ ਕੀ ਹੋਇਆ, ਪੰਜਾਬ ਨੂੰ 10 ਸਾਲ ਲਗਾਤਾਰ ਲੁੱਟਿਆ ਜਾਂਦਾ ਰਿਹਾ ਤੁਸੀਂ ਬੋਲੇ ਨਹੀਂ, ਔਰ ਗੁਰੂ ਦੀ ਗੋਲਕ ਦਾ ਰੱਜ ਕੇ ਦੁਰਉਪਯੋਗ ਕੀਤਾ ਬਾਦਲ ਪਰਿਵਾਰ ਨੇ ਹੁਣ ਵੀ ਕਰ ਰਿਹਾ, ਤੁਸੀਂ ਬੋਲੇ ਨਹੀਂ। ਹੁਣ ਇਹ ਡਰਾਮਾ ਤੁਸੀਂ ਕਿਉਂ ਕਰ ਰਹੇ ਹੋ, ਕੀ ਇਹਦੇ ਨਾਲ ਤੁਹਾਡੇ ਪਾਪ ਧੋਤੇ ਜਾਣਗੇ? ਬਿਲਕੁਲ ਨਹੀਂ, ਕਿਉਂਕਿ ਤੁਸੀਂ ਜਿਸ ਇਰਾਦੇ ਨਾਲ ਸ਼੍ਰੀ ਅਕਾਲ ਤਖਤ 'ਤੇ ਪੇਸ਼ ਹੋਏ ਹੋ ਉਸ ਇਰਾਦੇ ਦੇ ਪਿੱਛੇ ਜਿਹੜੀ ਸੋਚ ਕੰਮ ਕਰਦੀ ਹੈ ਉਹ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੇ ਕਬਜ਼ੇ 'ਚ ਲੈ ਕੇ ਉਸੇ ਤਰ੍ਹਾਂ ਹੀ ਗੁਰੂ ਦੀ ਗੋਲਕ ਦਾ ਦੁਰਉਪਯੋਗ ਕਰਨਾ, ਔਰ ਉਸੇ ਤਰ੍ਹਾਂ ਹੀ ਪੰਜਾਬ ਦੇ ਲੋਕਾਂ ਨਾਲ ਕਹਿ ਲਓ ਖਿਲਵਾੜ ਕਰਨਾ, ਉਹਨਾਂ ਦੀ ਮਾਨਸਿਕਤਾ ਨਾਲ ਖਿਲਵਾੜ ਕਰਨਾ, ਔਰ ਧਰਮ ਦੀ ਬੇਪਤੀ ਕਰਦੇ ਰਹਿਣਾ।
ਇਹ ਹੁਣ ਤੱਕ ਤੁਸੀਂ ਜੇ ਬਰਦਾਸ਼ਤ ਕੀਤਾ ਤਾਂ ਇਹਦਾ ਮਤਲਬ ਇਹ ਹੈ ਕਿ ਤੁਸੀਂ ਵੀ ਉਸ ਪਾਪ 'ਚ ਉਨੇ ਹੀ ਸ਼ਰੀਕ ਹੋ ਜਿੰਨੇ ਕਿ ਕਰਨ ਵਾਲੇ ਸਨ। ਸੋ ਇਹ ਸਾਰੀ ਜਿਹੜੀ ਗੱਲਬਾਤ ਹੋ ਰਹੀ ਹੈ, ਇਹ ਜਿਹੜੀ ਬਗਾਵਤ ਹੈ, ਇਹ ਬਗਾਵਤ ਬਗੂਵਤ ਕੁਛ ਨਹੀਂ, ਬਸ ਕੁਰਸੀ ਦਾ ਲਾਲਚ ਹੈ ਕਿ ਕਿਵੇਂ ਨਾ ਕਿਵੇਂ ਸਾਡੇ ਕੋਲ ਚੌਧਰ ਆ ਜੇ। ਲੇਕਿਨ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਕਿ ਇਹ ਜਿਹੜੇ ਲਾਹਣਤੀ ਲੋਕ ਨੇ ਜਿਹੜੇ ਹੁਣ ਇੱਥੇ ਆ ਕੇ ਪੇਸ਼ ਹੋਏ ਨੇ ਕਿ ਇੰਨੀ ਦੇਰ ਤੱਕ ਮਰੇ ਰਹੇ, ਕਬਰਾਂ 'ਚ ਪਏ ਰਹੇ, ਇਹਨਾਂ ਨੂੰ ਉਦੋਂ ਜਾਗ ਕਿਉਂ ਨਹੀਂ ਆਈ, ਇਹਨਾਂ ਦਾ ਜ਼ਮੀਰ ਕਿਉਂ ਨਹੀਂ ਜਾਗਿਆ, ਹੁਣ ਇਹ ਕਿਉਂ ਡਰਾਮਾ ਕਰ ਰਹੇ ਨੇ। ਇਸ ਕਰਕੇ ਜਿੰਨੀ ਦੇਰ ਤੱਕ ਇਹ ਸਾਰੇ ਕੜਛੇ ਕੜਾਹੇ ਨੇ ਜਿਹੜੇ ਇਹ ਬਦਲੇ ਨਹੀਂ ਜਾਂਦੇ, ਸਿੱਖ ਕੌਮ ਦਾ ਪੰਥ ਦਾ ਭਲਾ ਨਹੀਂ ਹੋਣ ਲੱਗਿਆ।